ਸ਼ੰਭੂ ਬਾਰਡਰ ਤੇ ਤੈਨਾਤ ਇੱਕ ਸਬ ਇੰਸਪੈਕਟਰ ਦੀ ਮੌਤ ਹੋ ਗਈ। ਦੱਸ ਦਈਏ ਕਿ ਕਿਸਾਨਾਂ ਨੂੰ ਰੋਕਣ ਦੇ ਲਈ ਸ਼ੰਭੂ ਬਾਰਡਰ ਤੇ ਡਿਊਟੀ ਦੇ ਰਿਹਾ ਸੀ ਆਪਣੀ ਫੋਰਸ ਦੇ ਨਾਲ, ਤਾਂ 13 ਤਰੀਕ ਨੂੰ ਤਬੀਅਤ ਖਰਾਬ ਹੋਈ, ਜਿਸ ਤੋਂ ਬਾਅਦ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ, ਤਾਂ ਅੱਜ ਉਸਦੀ ਜਾਨ ਚਲੀ ਗਈ। ਤਾਂ ਸ਼ੰਭੂ ਬਾਰਡਰ ਤੇ ਤੈਨਾਤ ਸੀ ਸਬ ਇੰਸਪੈਕਟਰ ਹੀਰਾ ਲਾਲ, ਕਿਸਾਨਾਂ ਨੂੰ ਰੋਕਣ ਦੇ ਲਈ ਡਿਊਟੀ ਦੇ ਰਿਹਾ ਸੀ। ਟਕਰਾਅ ਦੇ ਮੌਕੇ ਡਿਊਟੀ ਤੇ ਤੈਨਾਤ ਸੀ ਹੀਰਾ ਲਾਲ, ਫੋਰਸ ਦੇ ਨਾਲ ਆਪਣੀ ਚੌਂਕੀ ਚੋਂ ਸ਼ੰਭੂ ਬਾਰਡਰ ਤੇ ਗਿਆ ਸੀ। ਇੱਕ ਕਿਸਾਨ ਦੀ ਵੀ ਸ਼ੰਭੂ ਬਾਰਡਰ ਤੇ ਮੌਤ ਹੋ ਚੁੱਕੀ ਹੈ। 13 ਤਰੀਕ ਨੂੰ ਅਚਾਨਕ ਸਿਹਤ ਵਿਗੜੀ, ਅੰਬਾਲਾ ਕੈਂਟ ਦੇ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਔਰ ਅੱਜ ਹੀਰਾ ਲਾਲ ਦੀ ਮੌਤ ਹੋ ਗਈ। ਪਾਣੀਪਤ ਦੇ ਸਮਾਲਖਾਂ ਚੌਂਕੀ ਦੇ ਵਿੱਚ ਤੈਨਾਤ ਸੀ ਹੀਰਾ ਲਾਲ, ਫੋਰਸ ਦੇ ਨਾਲ ਸ਼ੰਭੂ ਬਾਰਡਰ ਤੇ ਡਿਊਟੀ ਕਰਨ ਦੇ ਲਈ ਗਿਆ ਸੀ। ਦੱਸ ਦਈਏ ਕਿ ਇਹ ਜਵਾਨ GRP ਦਾ ਸੀ, ਜੋ ਕਿ ਚੁਲਕਾਣਾ ਪਿੰਡ ਦਾ ਰਹਿਣ ਵਾਲਾ ਸੀ। ਦੱਸ ਦਈਏ ਕਿ ਇੱਕ ਕਿਸਾਨ ਦੀ ਸ਼ੰਭੂ ਬਾਰਡਰ ਤੇ ਮੌਤ ਹੋ ਗਈ, ਤਾਂ ਦੂਜੇ ਪਾਸੇ ਕਿਸਾਨਾਂ ਨੂੰ ਰੋਕਣ ਦੇ ਲਈ ਜੋ ਫੋਰਸ ਲਗਾਈ ਗਈ ਹੈ, ਉਸ ਫੋਰਸ ਦੇ ਸਬ ਇੰਸਪੈਕਟਰ ਦੀ ਵੀ ਮੌਤ ਹੋ ਗਈ ਹੈ। ਹੀਰਾ ਲਾਲ ਇਸਦਾ ਨਾਮ ਸੀ ਔਰ ਕਿਸਾਨਾਂ ਨੂੰ ਰੋਕਣ ਦੇ ਲਈ 13 ਤਰੀਕ ਤੋਂ ਡਿਊਟੀ ਦੇ ਰਿਹਾ ਸੀ ਸ਼ੰਭੂ ਬਾਰਡਰ ਤੇ, ਤਾਂ ਅਚਾਨਕ ਤਬੀਅਤ ਖਰਾਬ ਹੋਈ, ਜਿਸ ਤੋਂ ਬਾਅਦ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ, ਤਾਂ ਅੱਜ ਇਸ ਸਬ ਇੰਸਪੈਕਟਰ ਹੀਰਾ ਲਾਲ ਦੀ ਜਾਨ ਚਲੀ ਗਈ। ਕਿਸਾਨਾਂ ਅਤੇ ਪੁਲਿਸ ਦਾ ਟਕਰਾਅ ਹੋਇਆ ਸ਼ੰਭੂ ਬਾਰਡਰ ਤੇ, ਅਥਰੂ ਗੈਸ ਦੇ ਗੋਲੇ ਦਾਗੇ ਗਏ ਡਰੋਨ ਦੇ ਜ਼ਰੀਏ, ਤਾਂ ਉਸ ਵੇਲੇ ਕਾਫੀ ਟਕਰਾਅ ਦਾ ਮਾਹੌਲ ਆ ਜਿਹੜਾ ਬਣਿਆ ਸੀ ਦੋਵੇਂ ਧਿਰਾਂ ਦੇ ਵਿੱਚ, ਤਾਂ ਇੱਕ ਕਿਸਾਨ ਦੀ ਮੌਤ ਹੋ ਗਈ, ਤਾਂ ਦੂਜੇ ਪਾਸੇ ਪੁਲਿਸ ਦੇ ਵੀ ਇੱਕ ਜਵਾਨ ਦੀ ਜਾਨ ਚਲੀ ਗਈ। ਇਸ ਟਕਰਾਅ ਦੇ ਮੌਕੇ ਸ਼ੰਭੂ ਬਾਰਡਰ ਤੇ ਤੈਨਾਤ ਸੀ ਹੀਰਾ ਲਾਲ, GRP ਦਾ ਜਵਾਨ ਸੀ, ਆਪਣੀ ਫੋਰਸ ਦੇ ਨਾਲ ਸਮਾਲਕਾ ਚੌਂਕੀ ਤੋਂ ਸ਼ੰਭੂ ਬਾਰਡਰ ਤੇ ਗਿਆ ਹੋਇਆ ਸੀ, ਤਾਂ ਅੱਜ ਉਸਦੀ ਜਾਨ ਚਲੀ ਗਈ। ਸ਼ੰਭੂ ਬਾਰਡਰ ਤੇ ਤੈਨਾਤ ਇੱਕ ਸਬ ਇੰਸਪੈਕਟਰ ਦੀ ਮੌਤ ਹੋ ਗਈ। ਦੱਸ ਦਈਏ ਕਿ ਕਿਸਾਨਾਂ ਨੂੰ ਰੋਕਣ ਦੇ ਲਈ ਸ਼ੰਭੂ ਬਾਰਡਰ ਤੇ ਡਿਊਟੀ ਦੇ ਰਿਹਾ ਸੀ ਆਪਣੀ ਫੋਰਸ ਦੇ ਨਾਲ, ਤਾਂ 13 ਤਰੀਕ ਨੂੰ ਤਬੀਅਤ ਖਰਾਬ ਹੋਈ, ਜਿਸ ਤੋਂ ਬਾਅਦ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ, ਤਾਂ ਅੱਜ ਉਸਦੀ ਜਾਨ ਚਲੀ ਗਈ। ਤਾਂ ਸ਼ੰਭੂ ਬਾਰਡਰ ਤੇ ਤੈਨਾਤ ਸੀ ਸਬ ਇੰਸਪੈਕਟਰ ਹੀਰਾ ਲਾਲ, ਕਿਸਾਨਾਂ ਨੂੰ ਰੋਕਣ ਦੇ ਲਈ ਡਿਊਟੀ ਦੇ ਰਿਹਾ ਸੀ। ਟਕਰਾਅ ਦੇ ਮੌਕੇ ਡਿਊਟੀ ਤੇ ਤੈਨਾਤ ਸੀ ਹੀਰਾ ਲਾਲ, ਫੋਰਸ ਦੇ ਨਾਲ ਆਪਣੀ ਚੌਂਕੀ ਚੋਂ ਸ਼ੰਭੂ ਬਾਰਡਰ ਤੇ ਗਿਆ ਸੀ। ਇੱਕ ਕਿਸਾਨ ਦੀ ਵੀ ਸ਼ੰਭੂ ਬਾਰਡਰ ਤੇ ਮੌਤ ਹੋ ਚੁੱਕੀ ਹੈ। 13 ਤਰੀਕ ਨੂੰ ਅਚਾਨਕ ਸਿਹਤ ਵਿਗੜੀ, ਅੰਬਾਲਾ ਕੈਂਟ ਦੇ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਔਰ ਅੱਜ ਹੀਰਾ ਲਾਲ ਦੀ ਮੌਤ ਹੋ ਗਈ। ਪਾਣੀਪਤ ਦੇ ਸਮਾਲਖਾਂ ਚੌਂਕੀ ਦੇ ਵਿੱਚ ਤੈਨਾਤ ਸੀ ਹੀਰਾ ਲਾਲ, ਫੋਰਸ ਦੇ ਨਾਲ ਸ਼ੰਭੂ ਬਾਰਡਰ ਤੇ ਡਿਊਟੀ ਕਰਨ ਦੇ ਲਈ ਗਿਆ ਸੀ। ਦੱਸ ਦਈਏ ਕਿ ਇਹ ਜਵਾਨ GRP ਦਾ ਸੀ, ਜੋ ਕਿ ਚੁਲਕਾਣਾ ਪਿੰਡ ਦਾ ਰਹਿਣ ਵਾਲਾ ਸੀ। ਦੱਸ ਦਈਏ ਕਿ ਇੱਕ ਕਿਸਾਨ ਦੀ ਸ਼ੰਭੂ ਬਾਰਡਰ ਤੇ ਮੌਤ ਹੋ ਗਈ, ਤਾਂ ਦੂਜੇ ਪਾਸੇ ਕਿਸਾਨਾਂ ਨੂੰ ਰੋਕਣ ਦੇ ਲਈ ਜੋ ਫੋਰਸ ਲਗਾਈ ਗਈ ਹੈ, ਉਸ ਫੋਰਸ ਦੇ ਸਬ ਇੰਸਪੈਕਟਰ ਦੀ ਵੀ ਮੌਤ ਹੋ ਗਈ ਹੈ। ਹੀਰਾ ਲਾਲ ਇਸਦਾ ਨਾਮ ਸੀ ਔਰ ਕਿਸਾਨਾਂ ਨੂੰ ਰੋਕਣ ਦੇ ਲਈ 13 ਤਰੀਕ ਤੋਂ ਡਿਊਟੀ ਦੇ ਰਿਹਾ ਸੀ ਸ਼ੰਭੂ ਬਾਰਡਰ ਤੇ, ਤਾਂ ਅਚਾਨਕ ਤਬੀਅਤ ਖਰਾਬ ਹੋਈ, ਜਿਸ ਤੋਂ ਬਾਅਦ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ, ਤਾਂ ਅੱਜ ਇਸ ਸਬ ਇੰਸਪੈਕਟਰ ਹੀਰਾ ਲਾਲ ਦੀ ਜਾਨ ਚਲੀ ਗਈ। ਕਿਸਾਨਾਂ ਅਤੇ ਪੁਲਿਸ ਦਾ ਟਕਰਾਅ ਹੋਇਆ ਸ਼ੰਭੂ ਬਾਰਡਰ ਤੇ, ਅਥਰੂ ਗੈਸ ਦੇ ਗੋਲੇ ਦਾਗੇ ਗਏ ਡਰੋਨ ਦੇ ਜ਼ਰੀਏ, ਤਾਂ ਉਸ ਵੇਲੇ ਕਾਫੀ ਟਕਰਾਅ ਦਾ ਮਾਹੌਲ ਆ ਜਿਹੜਾ ਬਣਿਆ ਸੀ ਦੋਵੇਂ ਧਿਰਾਂ ਦੇ ਵਿੱਚ, ਤਾਂ ਇੱਕ ਕਿਸਾਨ ਦੀ ਮੌਤ ਹੋ ਗਈ, ਤਾਂ ਦੂਜੇ ਪਾਸੇ
ਪੁਲਿਸ ਦੇ ਵੀ ਇੱਕ ਜਵਾਨ ਦੀ ਜਾਨ ਚਲੀ ਗਈ। ਇਸ ਟਕਰਾਅ ਦੇ ਮੌਕੇ ਸ਼ੰਭੂ ਬਾਰਡਰ ਤੇ ਤੈਨਾਤ ਸੀ ਹੀਰਾ ਲਾਲ, GRP ਦਾ ਜਵਾਨ ਸੀ। ਆਪਣੀ ਫੋਰਸ ਦੇ ਨਾਲ ਸਮਾਲਕਾ ਚੌਂਕੀ ਤੋਂ ਸ਼ੰਭੂ ਬਾਰਡਰ ਤੇ ਗਿਆ ਹੋਇਆ ਸੀ ਤਾਂ ਅੱਜ ਉਸਦੀ ਜਾਨ ਚਲੀ ਗਈ।